ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਸੀਮਾ ਸ਼ਰਮਾ, ਅਤੇ ਅੱਜ ਦੇ ਇਸ ਪ੍ਰੋਗਰਾਮ ਸੂਫੀ ਰੰਗ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਸਾਰੇ ਪਿਆਰੇ ਦੋਸਤਾਂ ਦੇ ਨਾਲ ਹਾਂ। ਔਰ ਅੱਜ ਆਪਣੇ ਸਾਰੇ ਦੋਸਤਾਂ ਦੇ ਨਾਲ ਭੁੱਲੇ ਸ਼ਾਹ ਜੀ ਦਾ ਲਿਖਿਆ ਹੋਇਆ ਬਹੁਤ ਹੀ ਖੂਬਸੂਰਤ ਕਲਾਮ, ਅਤੇ ਬਾਬਾ ਫਰੀਦ ਜੀ ਦਾ ਲਿਖਿਆ ਹੋਇਆ ਬਹੁਤ ਹੀ ਖੂਬਸੂਰਤ ਕਲਾਮ ਤੁਹਾਡੇ ਨਾਲ ਸਾਂਝਾ ਕਰਾਂਗੀ। ਕੁਛ 4 ਸਤਰਾਂ ਜਿਹੜੀਆਂ ਮੈਂ ਲੈ ਕੇ ਅੱਜ ਆਈ ਹਾਂ। ਕਹਿੰਦੇ ਕਿ ਇਸ਼ਕ ਜਿਹੜਾ ਹੈ ਉਸਨੂੰ ਪਰਮਾਤਮਾ ਦਾ ਹੀ ਇੱਕ ਤੋਹਫ਼ਾ ਮੰਨਿਆ ਗਿਆ ਕਿ ਇਸ਼ਕ ਜਿਸਨੂੰ ਸੱਚਾ ਇਸ਼ਕ ਹੋ ਜਾਂਦਾ ਚਾਹੇ ਕਿਸੇ ਨਾਲ ਵੀ ਹੋਵੇ, ਅਤੇ ਉਹ ਜਿਹੜਾ ਹੈ ਉਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੀ ਹੁੰਦਾ। ਤਾਂ ਬੁੱਲੇ ਸ਼ਾਹ ਜੀ ਲਿਖਦੇ ਨੇ, ਕਹਿੰਦੇ ਇਸ਼ਕ ਖੁਦਾ ਦਾ ਸੋਹਣਾ ਮੰਦਰ, ਇਸ਼ਕ ਖੁਦਾ ਦਾ ਸੋਹਣਾ ਮੰਦਰ, ਕੋਈ ਵਿਰਲਾ ਅੰਦਰ ਆਵੇ। ਇਸ਼ਕ ਖੁਦਾ ਦਾ ਸੋਹਣਾ ਮੰਦਰ, ਕੋਈ ਵਿਰਲਾ ਅੰਦਰ ਆਵੇ। ਜੋ ਦਰਵਾਜ਼ਾ ਲੰਘ ਜਾਵੇ, ਜੋ ਦਰਵਾਜ਼ਾ ਲੰਘ ਜਾਵੇ, ਉਹ ਮੁੜ ਵਾਪਸ ਨਾ ਜਾਵੇ, ਉਹ ਮੁੜ ਵਾਪਸ ਨਾ ਜਾਵੇ। ਅਤੇ ਬਾਬਾ ਫਰੀਦ ਜੀ ਅੱਗੇ ਲਿਖਦੇ, ਕੈਸੀ ਰਮਜ ਫਰੀਦਾ ਤੇਰੀ, ਸ਼ਾਇਦ ਗੁੜ ਤੋਂ ਵੀ ਮਿੱਠੀ। ਕੈਸੀ ਰਮਜ ਫਰੀਦਾ ਤੇਰੀ, ਸ਼ਾਇਦ ਗੁੜ ਤੋਂ ਵੀ ਮਿੱਠੀ। ਆਈ ਜਵਾਨੀ ਹਰ ਕੋਈ ਦੇਖੇ, ਆਈ ਜਵਾਨੀ ਹਰ ਕੋਈ ਦੇਖੇ, ਜਾਂਦੀ ਕਿਸੇ ਨਾ ਡੀਠੀ। ਕੀ ਮੁਨਿਆਦ ਬੰਦਿਆ ਤੇਰੀ, ਕੀ ਮੁਨਿਆਦ ਬੰਦਿਆ ਤੇਰੀ, ਅੰਤ ਮਿੱਟੀ ਦੀ ਮਿੱਟੀ, ਅੰਤ ਮਿੱਟੀ ਦੀ ਮਿੱਟੀ, ਅੰਤ ਮਿੱਟੀ ਦੀ ਮਿੱਟੀ। ਤਾਂ ਦੋਸਤੋ, ਬੁੱਲੇ ਸ਼ਾਹ ਜੀ ਇਸ਼ਕ ਦੇ ਬਾਰੇ ਅੱਗੇ ਲਿਖਦੇ ਨੇ ਕਿ ਇਸ਼ਕ ਦਾ ਪਰਦਾ ਕਦੇ ਨਹੀਂ ਰਹਿੰਦਾ, ਇਸ਼ਕ ਦਾ ਪਰਦਾ ਕਦੇ ਨਹੀਂ ਰਹਿੰਦਾ, ਉਹ ਖੁੱਲਦੇ ਖੁੱਲਦੇ ਖੁੱਲ ਜਾਂਦਾ। ਉਹ ਆਪਣੇ ਪਰਾਏ ਕਰ ਦਿੰਦਾ, ਸਭ ਰਿਸ਼ਤੇ ਨਾਤੇ ਭੁੱਲ ਜਾਂਦਾ। ਜੋ ਪੈਰ ਇਸ਼ਕ ਵਿੱਚ ਰੱਖਦਾ ਏ, ਜੋ ਪੈਰ ਇਸ਼ਕ ਵਿੱਚ ਰੱਖਦਾ ਏ, ਸਭ ਸ਼ਰਮਾ ਦੇ ਪਰਦੇ ਚੱਕਦਾ ਏ। ਉਮਰਾਂ ਦੀ ਕਰਦਾ ਪਰਖ ਨਹੀਂ, ਨੇੜੇ ਦੀ ਕਰਦਾ ਤਰਕ ਨਹੀਂ। ਜਦੋਂ ਕੋਈ ਇਸ਼ਕ ਵਿੱਚ ਪੈ ਜਾਵੇ, ਜਦੋਂ ਕੋਈ ਇਸ਼ਕ ਵਿੱਚ ਪੈ ਜਾਵੇ, ਉਹ ਪਾ ਦਿੰਦਾ ਏ ਵਕਤ ਵਕਤ। ਵੇਖੀ ਜਾ ਪਰ ਛੇੜੀ ਨਾ, ਵੇਖੀ ਜਾ ਪਰ ਛੇੜੀ ਨਾ, ਇਸ਼ਕ ਚੀਜ਼ ਬੜੀ ਹੈ ਮਸਤ ਮਸਤ, ਇਸ਼ਕ ਚੀਜ਼ ਬੜੀ ਹੈ ਮਸਤ ਮਸਤ।